ਕਿੱਥੇ ਮੰਨ ਲਓ ਹੁਣ ਮੰਨ ਲਓ ਕਿਸੇ ਪ੍ਰਚਾਰਕ ਦਾ ਕਦਰ ਕਰਾਉਣਾ ਮੰਨ ਲਓ ਬਾਬਾ ਗੁਲਾਬ ਗਲਤ ਸੀ ਹਾਂ ਗਲਤ ਸੀ ਗਲਤ ਸੀ ਇਹਨਾਂ ਨੂੰ ਕਹਿਣਾ ਵੀ ਆਹ ਚੱਕੋ ਪੈਸੇ ਹਾਂ ਤੇ ਦੀਵਾਨ ਰੱਖਾ ਲਓ ਠੀਕ ਹੈ ਤਾਂ ਰੋਟੀ ਤੁਹਾਡੇ ਘਰੇ ਹੋਣੀ ਚਾਹੀਦੀ ਹੈ ਹਾਂ ਬਾਅਦ ਬਾਬਾ ਗਿਆ ਬੱਲੇ 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 ਹੁਣ ਜਿਹੜੀ ਕੁੜੀ ਨੂੰ ਦਵਾਈ ਤੋਂ ਸੱਦਣਾ ਅਸੀਂ ਠੀਕ ਹੈ ਦੋ ਢਾਈ ਲੱਖ ਰੁਪਇਆ ਮੈਂ ਲਾਊਂਗਾ ਹਾਂ ਹਾਂ ਉਹ ਇਸ ਕਰਕੇ ਨਹੀਂ ਲਾਉਣਾ ਵੀ ਮੇਰਾ ਉਹ 'ਚ ਨਾਂ ਬਣੂੰਗਾ ਇਸ ਕਰਕੇ ਨਹੀਂ ਲਾਉਣਾ ਮੇਰੇ ਮਾਮਲਾ ਆਉਂਦਾ ਮੈਨੂੰ ਠੀਕ ਹੈ ਉਸ ਕੁੜੀ ਨੂੰ ਗੱਡੀ 'ਚ ਭਾ ਕੇ ਰੱਖਣਾ ਸੀ ਉਹਨੇ ਤਾਂ ਨਾਲ ਉਹਦੀਆਂ ਲੱਤਾਂ ਬਾਹਾਂ ਤੋੜਦੀਆਂ ਚਾਰੇ ਠੀਕ ਹੈ ਉਹਨੂੰ ਮਾਜਰਾ ਵਾਲੇ ਦਿਨ ਉਹਨੂੰ ਕਹਿਣਾ ਵੀ ਅਸੀਂ ਕਹਿੰਦੇ ਤੂੰ ਬਲਾਤਕਾਰੀ ਸੀ ਅਸੀਂ ਤੇਰੀਆਂ ਲੱਤਾਂ ਬਾਹਾਂ ਤਾਂ ਤੋੜੀਆਂ ਠੀਕ ਹੈ ਤੂੰ ਪੁਲਿਸ ਨੂੰ ਫੋਨ ਲਾ ਕੇ ਸਾਡੇ 'ਤੇ ਪਰਚਾ ਦਰਜ ਕਰਾ ਕੇ ਦਿਖਾ ਜੇ ਤੂੰ ਸਾਡੇ ਤੇ ਪਰਚਾ ਦਰਜ ਕਰਵਾਏਗਾ ਹਾਂ ਇਧਰੋਂ ਰੇਪ ਦਾ ਹੋਊਗਾ ਰੇਪ ਦਾ ਹੋਊਗਾ 15 ਸਾਲ ਦੀ ਕੈਦ ਆ ਤੇ ਅਸੀਂ ਤਾਂ 6 ਮਹੀਨੇ ਬਾਹਰ ਆ ਜਾ ਕੇ ਹੁਣ ਵੇਖਦਾ ਹੁਣ ਹੀ ਰਾਜੀਨਾਮਾ ਕਰਨ ਤਾਂ ਹੀ ਚੱਲ ਗਈ ਵਾਹ ਬਸ ਨਾਲੇ ਬਣੀ ਦੀ ਬਣੀ ਰਹਿ ਗਈ ਠੀਕ ਹੈ ਨਾਲੇ ਖੌਫ ਬਿਲਕੁਲ ਤੇ ਨਾਲੇ ਕੁੜੀ ਦੇ ਸਾਹਮਣੇ ਉਹਨੂੰ ਕਹਾਂਗੇ 10 ਭੈਣ ਕਿਹੜਾ ਹੱਥ ਤੈਨੂੰ ਪਹਿਲਾਂ ਲੱਗਾ ਸੀ ਠੀਕ ਹੈ ਭਾਈ ਨਾਲ ਦੀ ਨਾਲ ਹੀ ਰਾਜੀਨਾਮਾ ਰਾਜੀਨਾਮਾ ਤਾਂ ਪਹਿਲੋਂ ਗੱਡੀ 'ਚ ਬੈਠਾ ਸਾਡੇ ਨਾਲ ਠੀਕ ਹੈ ਤੇ ਉਹ ਤੋਂ ਫਿਰ ਆਪਾਂ ਕੀ ਕਰਨਾ ਕੀ ਹੁਣ ਦੱਸੋ ਕੀ ਤਾਂ ਬਾਬੇ ਤੋਂ ਕਿਹੜੇ ਕੀ ਕਹਿਣਾ ਉਹਨੂੰ ਕਿਹੜੇ ਲੱਤਾਂ ਹੀ ਤੋੜਨੀਆਂ ਵਾ ਸੋਦੀ ਲੱਤਾਂ ਬਾਹਾਂ ਦੋਵੇਂ ਦੋ ਦੋ ਤਿੰਨ ਤਿੰਨ ਥਾਂ ਤੋਂ ਭੰਨ ਦਿਆਂਗੇ ਓਏ ਹੋਏ 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 ਅਸੀਂ ਨਾ ਉਹ ਸੀਨ ਨੂੰ ਚੇਤੇ ਕਰਦੇ ਹੁੰਦੇ ਆ ਇੱਕ ਕੁੜੀ ਆ ਹਾਂ ਉਹ ਚਾਹੇ ਸਾਡੀ ਧੀ ਆ ਚਾਹੇ ਸਾਡੀ ਭੈਣ ਸਕੀ ਆ ਠੀਕ ਹੈ ਉਹਨੂੰ ਕੋਈ ਬੰਦਾ ਲੈ ਗਿਆ ਹਾਂ ਉਹ ਰਾਜੀ ਨਹੀਂ ਫਿਰ ਉਹਦੇ ਧੱਕੇ ਨਾਲ ਕੱਪੜੇ ਲਵਾਏ ਹਾਂ ਤੇ ਧੱਕੇ ਨਾਲ ਉਹਦੇ ਨਾਲ ਉਹਨਾਂ ਨੇ ਸਰੀਰਕ ਸੰਬੰਧ ਬਣਾਏ ਤੇ ਉਹਨੂੰ ਪ੍ਰੈਗਨੈਂਟ ਕਰਤਾ ਠੀਕ ਹੈ ਜੇ ਤਾਂ ਉਹ ਸਕੀ ਭੈਣ ਆ ਤੇ ਭਰਾ ਦਾ ਫਰਜ਼ ਕੀ ਆ ਤੇ ਜੇ ਧੀ ਆ ਤੇ ਪਿਓ ਦਾ ਫਰਜ਼ ਕੀ ਆ ਤੇ ਉਹ ਆਪਾਂ ਉਹ ਹਿਸਾਬ ਨਾਲ ਐਕਸ਼ਨ ਲੈਣਾ ਜੇ ਉੱਥੇ ਕਹੀਏ ਵੀ ਸਾਡਾ ਨਾਂ ਬਣ ਜੇ ਹਾਂ ਫਿਰ ਉਹਦੇ 'ਚ ਦੋ ਚਾਰ ਹੀ ਵੱਜਦੀਆਂ ਹੁੰਦੀਆਂ ਬਹੁਤ ਗਾਣੀ ਖਿੱਚ ਨਹੀਂ ਚੜ੍ਹਦੀ ਫਿਰ ਰਾਜੂ ਸਹੀ ਜਾ ਰਹੇ ਬੇਟਾ ਹਾਂਜੀ ਲਾਈ ਲਗੇ ਸਿੱਧੇ ਜਾ ਰਹੇ ਬਸ ਇੰਨੀਆਂ ਕ ਮਾਰ ਕੇ ਤਾਂ ਇਹਦੇ ਨਾਲ ਗੱਲ ਸ਼ੁਰੂ ਕੀਤੀ ਸੀ ਫਿਰ ਇਸ ਤੋਂ ਬਾਅਦ ਪਹਿਲਾਂ ਤਾਂ ਇੰਨੀਆਂ ਕ ਮਾਰੀਆਂ ਫਿਰ ਉਹਨੂੰ ਕਿਹਾ ਵੀ ਹੁਣ ਬਹਿ ਕੇ ਗੱਲ ਤੋੜਦੇ ਆ ਹੋਏ 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 ਫਿਰ ਲੈ ਕੇ ਉੱਥੇ ਫਿਰ ਬਾਅਦ 'ਚ ਤਾਂ ਫਿਰ ਤੁਹਾਨੂੰ ਪਤਾ ਵੀ ਦੋ ਤਿੰਨ ਝੁੱਟੀਆਂ ਸੀ ਲੱਗ ਗਏ ਖੇਤਾਂ 'ਚ ਹੈ ਉਹ ਤਾਂ ਖੇਤਾਂ 'ਚ ਹੀ ਆ ਤਾਂ ਠੀਕ ਹੈ ਪਹਿਲਾਂ ਤਾਂ ਪਤਾ ਨਹੀਂ ਕੀ ਪੜ੍ਹੀ ਜਾਂਦੇ ਮੈਂ ਕਿਹਾ ਪੜ੍ਹ ਲਾ ਜਿਹੜੇ ਦੇਵੀ ਦੇ ਦਿੱਤੇ ਹੋਣੇ ਧਿਆ ਦੇ ਅਤੇ ਮੈਂ ਤੇਗ ਜੀ ਰੱਖ ਕੇ ਫਿਰ ਮੈਂ ਉਹਦੇ ਪਹਿਲਾਂ ਤਾਂ ਤੇਗ ਮਾਰੀ ਟਕਾ ਕੇ ਉਹਨੇ ਕਹਿੰਦੇ ਚੱਲ ਅੱਛਾ ਸ਼ੁਰੂ ਤੁਸੀਂ ਕੀਤੀ ਮੈਂ ਹੀ ਮਾਰੀ ਪਹਿਲਾਂ ਦੇਖ ਮੈਂ ਕਿਹਾ ਸਿੰਘ ਤੁਸੀਂ ਦਿਖਾਇਓ ਫਿਰ ਤਾਂ ਬੋਲਦਾ ਸੀਗਾ ਤੋਤੇ ਮੈਂ ਕਹਿੰਦਾ ਤੋਤੇ
ਬਾਬੇ ਦੇ ਗਾਲ ਵਾਲਾ ਮੰਗਲ ਸੂਤਰ ਜਾਂਦਾ ਕਿਤੇ ਦੀ ਕਿਤੇ ਗਿਆ ਵੀ ਸੁ ਆਇਆ ਰਾਜੀ ਨਾਮਾ ਕਰਨ ਫਰਲਾ ਛੱਡੇ ਡੱਬ ਹੋਰ ਵੀ ਤੂੰ ਸਾਦੇ ਕੱਪੜੇ ਪਾ ਕੇ ਨਾਲ ਆਏ ਸੀ ਹਾਂ ਉਹ ਨੈਂਗ ਸਿੰਘ ਸੀ ਚਾਰ ਪੰਜ ਹਾਂ ਇੱਕ ਇਹਦੇ ਨਾਲ ਦਾ ਸੀ ਕੋਲ ਪਰਨੇ ਵਾਲਾ ਉਹ ਗੱਡੀ ਚਲਾਉਂਦਾ ਸੀ ਹਾਂ ਸਿੰਘਾਂ ਮੂਰੇ ਗੱਡੀ ਨਾਲ ਹੀ ਨਾਲ ਕੌਕੇ ਕੌਕੇ ਦੀਪਕ ਢਾਬੇ ਤੇ ਗੱਡੀ ਰੁਕੀ ਹਾਂ ਦੋ ਬੰਦੇ ਮੈਂ ਸੱਜੇ ਹੱਥ ਕਢਾਏ ਦੋ ਖੱਬੇ ਹੱਥ ਇੱਕ ਸਾਹਮਣੇ ਖੜਾ ਹਾਂ ਪੰਜੇ ਮੋਨੇ ਕਿਸੇ ਹੋਣੀ ਜੱਜਮੈਂਟ ਵੀ ਮੇਰੀ ਹੈ ਹਾਂ ਗੱਡੀ 'ਚ ਮੈਂ ਤੇ ਜੱਸਾ ਨਾਲ ਕੁੜੀ ਹਾਂ ਕੁੜੀ ਨੂੰ ਮੈਂ ਕਹਿਤਾ ਮੈਂ ਕਿਹਾ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਤੂੰ ਗੱਡੀ 'ਚੋਂ ਨਿਕਲਣਾ ਤੂੰ ਕਹਿੰਦਾ ਮੈਂ ਇੱਥੇ ਭੀੜ 'ਚ ਨਹੀਂ ਬਹਿਣਾ ਇਕੱਲੀ ਨੇ ਬਹਿਣਾ ਹਾਂ ਮੈਂ ਕਿਹਾ ਕਿਉਂ ਬਾਬਾ ਐਵੇਂ ਕਿਉਂ ਇੱਥੇ ਜਲੂਸ ਕਢਾਉਣਾ ਪਾਸੇ ਨੇ ਹਾਂ ਗੱਡੀ ਅਸੀਂ ਉੱਤੋਂ ਦੀ ਘੁਮਾ ਕੇ ਲਿਆ ਕੇ ਰਾਜੇ ਦੇ ਢਾਬੇ ਥੱਲੇ ਪੁੱਲਣੀ ਗਾ ਹਾਂ ਉਹਦੇ ਥੱਲੋਂ ਗਾਂਹ ਬਾਹਰ ਨੂੰ ਖਾਲੀ ਰਾਹ ਨਿਕਲਦਾ ਹਾਂ ਉੱਥੇ ਸਿਵੇ ਜੇ ਸੀਗੇ ਉਹਦੇ ਮੂਹਰੇ ਜਾ ਕੇ ਖੜ ਗਈ ਗੱਡੀ ਹਾਂ ਬਾਬਾ ਬਾਹਰ ਆ ਗਿਆ ਦੋਵਾਂ ਗੱਡੀਆਂ ਨੂੰ ਇਸ਼ਾਰੇ ਕਰਤੇ ਵੀ ਜਮਾਂ ਬੰਪਰ ਨਾਲ ਬੰਪਰ ਜੋੜ ਕੇ ਖੜਾ ਲਓ ਵੀ ਨਾ ਗੱਡੀ ਪਿੱਛੇ ਜਾਵੇ ਤੇ ਨਾ ਅੱਗੇ ਜਾਵੇ ਅੱਛਾ ਖੜ ਗਈ ਬਾਹਰ ਆ ਗਏ ਬੰਦੇ ਡਰਾਈਵਰ ਉਹਦਾ ਬੈਠਾ ਰਿਹਾ ਹਾਂ ਤੇ ਸਰਪੰਚ ਨੂੰ ਕੌਂਕਲੇ ਨੂੰ ਮੈਂ ਮੈਸੇਜ ਇਸ਼ਾਰਾ ਕਰਤਾ ਹਾਂ ਮੈਂ ਕਿਹਾ ਤੇਰਾ ਪਿਸਤੌਲ ਜਾ ਕਿੱਥੇ ਕਹਿੰਦਾ ਕੋਲੇ ਮੈਂ ਕਿਹਾ ਉਹਦੇ ਮੂੰਹ 'ਚ ਪਾ ਦੇ ਬੈਰਨ ਜਾ ਕੇ ਡਰਾਈਵਰ ਦੇ ਹਾਂ ਅਤੇ ਉਹ ਉੱਥੇ ਹੀ ਬਾਹਲਿਆ ਬਸ ਮੈਂ ਜਿਹੜੇ ਨਾਲ ਨਿਹੰਗ ਪੰਜ ਆਏ ਸੀਗੇ ਹਾਂ ਅਤੇ ਬਾਬੇ ਦੇ ਮੂਹਰੇ ਉਹ ਖੜਦੇ ਸੀ ਮੈਂ ਉਹਨਾਂ ਨੂੰ ਸਿੱਧਾ ਹੀ ਕਹਿਤਾ ਹਾਂ ਮੈਂ ਕਿਹਾ ਬਾਬਾ ਹੈਗਾ ਸੀ ਕੁੱਟਣਾ ਹਾਂ ਜੇ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਇਹਨੂੰ ਬਚਾ ਲਓਗੇ ਹਾਂ ਅਤੇ ਪਹਿਲਾਂ ਸਾਡੇ ਨਾਲ ਤੁਸੀਂ ਲੜੋ ਹਾਂ ਸਿੱਧੀ ਜੀ ਗੱਲ ਆ ਅਤੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਸਹੀ ਹਾਂ ਫਿਰ ਚੁੱਪ ਕਰਕੇ ਆਉਂਦਾ ਭੱਜ ਗੱਡੀ 'ਚ ਬਹਿ ਗਏ ਗੱਡੀ ਬਾਬੇ ਦੀ ਮੈਂ ਕੋਈ ਫੋਰਚੂਨਰ ਜੀ ਬਾਲਿਆ ਗੱਡੀ ਬਾਬਾ ਇੱਧਰ ਬਹਿ ਗਿਆ ਅਤੇ ਮੈਂ ਚਲਾਉਂਦਾ ਸੀ ਹਾਂ ਕੌਂਕੇ ਲਿਆਏ ਫਿਰ ਅਸੀਂ ਫੈਕਟਰੀ 'ਚ ਅੱਛਾ ਗੱਡੀ ਫਿਰ ਤੁਸੀਂ ਚਲਾਈ ਮੈਂ ਚਲਾ ਕੇ ਲੈ ਕੇ ਬਾਬਾ ਦਾ ਕਿੱਥੇ ਮੰਨਦਾ ਸੀ ਹਾਂ ਬਾਬੇ ਦੇ ਤਾਂ ਬਾਬਾ ਸੱਚਾ ਉਹਦੇ ਪਿਸਤੌਲ ਲਾਇਆ ਸੀ ਸਰ ਨੂੰ ਹੋਏ ਹੋਏ ਪੁਲਿਸ ਹੀ ਨਹੀਂ ਸੱਚ ਮੰਨ ਰਹੀ ਮਹਾਰਾਜ ਇਹ ਨਾ ਹਵਾ ਚੱਲ ਪੈਂਦੀ ਹੁੰਦੀ ਹੈ ਜਦੋਂ ਤੁਸੀਂ ਨੇਕ ਲੜਾਈ ਨੂੰ ਤੁਰੋ ਨਾ ਮਹਾਰਾਜ ਆ ਪਾਉਂਦੇ ਆ ਉਹਨੇ ਭੈਣ ਚੋ ਘੀਸੀਆਂ ਕਰ ਲਈਆਂ ਡੀ ਐਸ ਪੀ ਤੱਕ ਪੈਸੇ ਦੇ ਤੇ ਵੀ ਮਹਿਰੋਂ ਵਾਲੇ ਕੋਲ ਅਸਲਾ ਸੀ ਬਾਬਾ ਕਿਵੇਂ ਸੱਚਾ ਕਹਿ ਰਹੇ ਹੋ ਹੁੰਦੀ ਨੀ ਇਹਨੂੰ ਡਰ ਕਿਸੇ ਦਾ ਹੋਰ ਡਰ ਨੀ ਇਹਨੂੰ ਸੁਣੀ ਮਹਿਰੋਂ ਫਿਰ ਇਹ ਅਸਲੇ ਨਾਲ ਆਏ ਪੂਰੇ ਹੋ ਕੇ ਰਿਵੋਲਵਰ ਆਏ ਉਂਗਲ ਦੇ ਘੁਮਾਉਂਦਾ ਸੀਗਾ ਮਹਿਰੋਂ ਛੱਡੀ ਕਿਧਰ ਗਏ ਨੇ ਇਹਦੇ ਆ ਬਿਆਨ ਸੱਚੇ ਆ ਹਾਂ ਵੀ ਇਹਦੇ ਨਾਲ ਐ ਹੋਈ ਆ ਹਾਂ ਇਹ ਤਾਂ ਇਨਕੁਆਇਰੀ ਹੋ ਸਕਦੀ ਸਾਡੇ ਤੇ ਸਾਡੇ ਅਸਲਿਆਂ ਦੀ ਇਨਕੁਆਇਰੀ ਚੱਲ ਸਕਦੀ ਆ ਫਿਰ ਤੁਹਾਡਾ ਵੀ ਨਾਲ ਆਣੇ ਮਾਰੇ ਨੇ ਬਾਅਦ ਚ ਹੁਣ ਜਿਹਦਾ ਕੋਈ ਨਹੀਂ ਉਹਦਾ ਪਰਮੇਸ਼ਰ ਹੁਣ ਗੱਲ ਤਾਂ ਇਉਂ ਆ ਹਾਂ ਜਦੋਂ ਤੈਨੂੰ ਕੁੱਟਤਾ ਸੀ ਹਾਂ ਤੂੰ ਥਾਣੇ ਥਣ ਫੜਨ ਗਿਆ ਤੂੰ ਹਸਪਤਾਲ ਜਾ ਸਾਡੇ ਤੇ ਪਰਚਾ ਕਰਾ ਬਿਲਕੁਲ ਥਾਣੇ ਗਿਆ ਤੂੰ ਹਸਪਤਾਲ ਗਿਆ ਨਹੀਂ ਸਿੱਧਾ ਥਾਣੇ ਆਪ ਉੱਠ ਗਿਆ ਕੈਮਰਿਆਂ ਦੇ ਵਿੱਚ ਆ ਗਿਆ ਉਹ ਸਾਡੇ ਤੇ ਪਰਚਾ ਹੋ ਹੀ ਨਹੀਂ ਸਕਦਾ ਪਰਚੇ ਦੇ ਪਰਚਾ ਕਿਤੇ ਗਾੜੀ ਤਾਂ ਇਨਕੁਆਇਰੀ ਲਾ ਦਾਂਗੇ ਵੱਡੇ ਅਫਸਰ ਦੇ ਵੀ ਥਾਣੇ ਦੀ ਮੈਂ ਜਦੋਂ ਹੀ ਸੀਸੀਟੀਵੀ ਕਢਾਓ ਬਾਬਾ ਤਾਂ ਤੁਰ ਕੇ ਆਪ ਗਿਆ ਅਸੀਂ ਕੁੱਟਿਆ ਹੋਵੇ ਬਾਬਾ ਕਿਵੇਂ ਚੱਲ ਜੇ ਵਾਹ ਵਾਹ ਜਦੋਂ ਉੱਥੇ ਗਿਆ ਐਸ ਐਚ ਓ ਦਾ ਸਿਟੀ 'ਚ ਗਰਾਊਂਡ ਦਾ ਮੈਨੂੰ ਫੋਨ ਆ ਗਿਆ ਹਾਂ ਕਹਿੰਦੇ ਅੰਮ੍ਰਿਤਪਾਲ ਸਿੰਘ ਬੋਲਦਾ ਮੈਂ ਕਿਹਾ ਮੈਂ ਵੀ ਅੰਮ੍ਰਿਤਪਾਲ ਸਿੰਘ ਹੀ ਬੋਲਦਾ ਐਸ ਐਚ ਓ ਦਾ ਨਾਮ ਵੀ ਅਮਰਦੀਪ ਹੈ ਠੀਕ ਹੈ ਮੈਂ ਕਿਹਾ ਬਾਈ ਨਾ ਮਿਲ ਗਏ ਹੁਣ ਗਾਂਹ ਵੇਖੋ ਕੀ ਹੁੰਦਾ ਬੋਲੋ ਮੈਂ ਕਿਹਾ ਕਹਿੰਦਾ ਪਤਾ ਤਾਂ ਤੈਨੂੰ ਲੱਗ ਹੀ ਗਿਆ ਨਾ ਮੈਂ ਕਿਹਾ ਤੁਹਾਨੂੰ ਵੀ ਪਤਾ ਲੱਗ ਹੀ ਗਿਆ ਹੁਣ ਹਾਂ ਅਸਲ ਗੱਲ ਕੀ ਹੈ ਮੈਂ ਕਿਹਾ ਅਸਲ ਵਿੱਚ ਆ ਵਾ ਹਾਂ ਕਹਿੰਦਾ ਤੈਨੂੰ ਆਉਣਾ ਪੈਣਾ ਮੈਂ ਕਿਹਾ ਹੋ ਜਾ ਤਿਆਰ ਆ ਗਿਆ ਭਰਾ ਜੀ ਅੱਛਾ ਮੈਂ ਕਿਹਾ ਚੱਕੀ ਗੱਡੀ ਇਕੱਲਾ ਹੀ ਉੱਡ ਗਿਆ ਇਕੱਲਾ ਹੀ ਫੇਰ ਵੀ ਮੈਂ ਕਿਹਾ ਬਾਈ ਮੈਂ ਨਹੀਂ ਤੈਨੂੰ ਜਾਣਦਾ ਹਾਂ ਤੇ ਤੂੰ ਮੈਨੂੰ ਸ਼ਾਇਦ ਜਾਣਦਾ ਹੋਏਗਾ ਹਾਂ ਉਹ ਕੁੜੀ ਮੇਰੀ ਗੋਲ ਨਹੀਂ ਦੱਸਦੀ ਆਹ ਗੱਲ ਆ ਗੱਡੀ 'ਚ ਬੈਠ ਤੈਨੂੰ ਕੁੜੀ ਦੇ ਘਰੇ ਲਿਜਾ ਹਾਂ ਕੁੜੀ ਦੀ ਮਾਂ ਦੇ ਨੱਕ 'ਚ ਪੈਪ ਲੱਗੀ ਆ ਤੇ ਘਰੇ ਬੋਤਲ ਲੱਗੀ ਪਈ ਆ ਉਹਦੇ ਕੋਲ ਪੈਸੇ ਨਹੀਂ ਇਲਾਜ ਨੂੰ ਇਹ ਕੁੜੀ ਆ ਵਾ ਉਹਨੂੰ ਠੀਕ ਕਰਨ ਲਈ ਇਹਨੂੰ 2 ਸਾਲਾਂ ਤੋਂ ਸਰੀਰਕ ਸੰਬੰਧ ਬਣਾਈ ਜਾਂਦਾ ਅੱਛਾ ਕੁੜੀ ਦੇ ਹੁਣੇ ਲਓ ਬਿਆਨ ਰਾਤੇ ਰਾਤ ਪਰਚਾ ਰੇਪ ਦਾ ਕੱਟੋ ਤੇ ਬਾਬੇ ਨੂੰ ਰਾਤੇ ਰਾਤ ਹੀ ਦੇੜ ਦੇ ਮੈਂ ਕਿਹਾ ਜਿੱਥੇ ਤੈਨੂੰ ਮੇਰੀ ਲੋੜ ਆ ਮੈਂ ਆਊਂਗਾ ਜੇ ਮੈਂ ਹੁਣ ਆ ਸਕਦਾ ਮੈਂ ਕੱਲ੍ਹ ਨੂੰ ਵੀ ਆਊਂਗਾ ਠੀਕ ਹੈ ਜਦੋਂ ਨੂੰ ਮੈਂ ਕਿਹਾ ਇਹਦੇ 'ਚ ਪਾ ਖੱਬੇ ਨੂੰ ਜਾਂ ਕਰਨ ਵਾਲਿਆਂ ਨੇ ਉੱਠਣਾ ਹਾਂ ਉਦੋਂ ਨੂੰ ਬਾਬਾ ਰੇਲਾ ਕਰ ਦੇਣਾ ਇਹਨਾਂ ਨੇ ਸਾਰੀ ਰਾਤ ਫਿਰ ਬਾਬੇ ਠੀਕ ਹੈ ਸਵੇਰੇ ਫੋਨ ਆਇਆ ਐਸ ਐਚ ਓ ਕਹਿੰਦਾ ਬਾਬਾ ਇਹਦੇ ਕੜੇ ਛਾਪਾਂ ਡੀ ਵੀ ਆਰ ਹਾਂ ਮੈਂ ਕਿਹਾ ਬਾਈ ਓਲਾ ਕਿਸੇ ਚੀਜ਼ ਦਾ ਨਹੀਂ ਝੂਠ ਹੈ 1% ਨਹੀਂ ਡੀ ਵੀ ਆਰ ਅਸੀਂ ਤਾਂ ਫੱਟੇ ਹਾਂ ਹਾਂ ਸਾਡੇ ਨਾਲ ਕਈ ਬੰਦੇ ਫਸਦੇ ਸੀ ਮਤਲਬ ਤੁਸੀਂ ਫਸਦੇ ਸੀ ਜਿਹੜੀ ਮੇਨ ਗੱਲ ਸਾਨੂੰ ਠੀਕ ਹੈ
ਸਾਨੂੰ ਕਿਸੇ ਸਾਲੇ ਦਾ ਕੋਈ ਡਰ ਨੀ। ਮੈਂ ਲਾਈਵ ਹੋ ਕੇ ਵੀ ਇਹ ਗੱਲ ਕਹੀ ਆ, ਠੀਕ ਹੈ, ਕੋਈ ਡਰ ਨੀ ਕਿਸੇ ਬੰਦੇ ਨੂੰ, ਕੋਈ ਡਰ ਨੀ ਸਾਡੇ। ਉਹਦੇ ਚ ਨਜਾਇਜ਼ ਬੰਦੇ ਫਸਦੇ ਸੀ, ਅਸੀਂ ਤਾਂ ਵੱਟ ਕੇ ਲਗਾਇਆ ਤੇ ਨਹਿਰ ਚ ਸਿੱਟ ਦਿੱਤੇ। ਉਹਦਾ ਪਰਚਾ ਪਿੰਡਾਂ ਦੇ ਪਾ ਦੇਣੀ ਦਾ, ਜਦੋਂ ਡੇਰੇ ਗਿਆ ਦੀ ਵੀਡੀਓ ਨੀ ਹੈਗੀ, ਡੀ ਵੀ ਆਰ ਦੀ ਵੀਡੀਓ ਕਿੱਥੇ ਬਣਨੀ, ਠੀਕ ਹੈ। ਉਹ ਨਾ ਮੈਂ ਦੇਣੇ ਆ ਤੇ ਨਾ ਹੀ ਹੁਣ ਮੇਰੇ ਕੋਲ ਹੈਗੇ ਆ। ਜੇ ਇਦੂ ਇਲਾਵਾ ਕੋਈ ਗੱਲਬਾਤ ਹੈ ਤੇ ਦੱਸ। ਕਹਿੰਦਾ ਮੈਨੂੰ ਪਰਚਾ ਪਾਉਣਾ ਪੈਣਾ। ਮੈਂ ਕਿਹਾ ਮਰਜ਼ੀ ਆ, ਪਾਉਣਾ ਤਾਂ ਪਾ ਦੇ ਫਿਰ। ਹਾਂ, ਫਿਰ ਅਸੀਂ ਚੱਕੀ ਗੱਡੀ ਭਾਈ, ਅਸੀਂ ਉੱਥੇ ਏ ਡੀ ਜੀ ਪੀ ਕੋਲ ਉੱਠ ਗਏ ਚੰਡੀਗੜ੍ਹ ਸਿੱਧੇ, ਸਿੱਧਾ ਹੀ ਮੈਂ। ਅੱਛਾ, ਮੈਂ ਕਿਹਾ ਵੀ ਗੱਲ ਹੈਗੀ ਆਏ ਤੇ ਆਹ ਨੰਬਰ ਆ ਤੇ ਉਹਨੂੰ ਫੋਨ ਲਾ। ਹਾਂ, ਕਹਿੰਦਾ ਬਾਬਾ ਕੋਈ ਚੱਕਰ ਨਹੀਂ, ਗੁਰਦੁਆਰਾ ਸਾਹਿਬ ਮਿਲੇ ਅਸੀਂ ਏ ਡੀ ਜੀ ਪੀ। ਹਾਂ, ਭਾਵੇਂ ਹੁਣੇ ਹੀ ਫੋਨ ਲਾ ਦਾ ਮੈਂ। ਵਾਹ, ਬਾਬਾ ਚੱਕਰ ਨਹੀਂ, ਕੋਈ ਗੱਲ ਨਹੀਂ ਕੋਈ। ਕਹਿੰਦਾ ਪੁਲਿਸ ਨਹੀਂ, ਪੁਲਿਸ ਸਵਾਲ ਹੀ ਨਹੀਂ ਪੈਦਾ ਹੁੰਦਾ ਪੁਲਿਸ ਤੁਹਾਨੂੰ ਫੋਨ ਕਰ ਜੇ। ਠੀਕ ਹੈ, ਹੁਣ ਅਸੀਂ ਸਵੇਰੇ ਫਿਰ ਮਿਲਣਾ, ਫਿਰ ਮਿਲਣਾ, ਫਿਰ ਮਿਲਣਾ, ਇਨਕੁਆਇਰੀ ਲਾਉਣੀ ਦੁਬਾਰੇ ਬਾਬੇ। ਉਹ ਕਾਹਦੀ? ਆ ਜਿਹੜੀਆਂ ਵੀਡੀਓ ਤੋਂ ਬਾਅਦ ਸਾਨੂੰ ਸੀ ਸੀ ਟੀ ਵੀ 'ਚ ਮਿਲਣਾ, ਉਦੋਂ ਤੱਕ ਤਾਂ ਹੈ ਨਹੀਂ ਸੀ ਸਾਡੇ ਕੋਲ। ਸਿੱਧਾ ਹੀ ਸਿੱਧਾ ਸਿੱਧਾ ਕਿ ਸੱਜੇ? ਨਹੀਂ ਨਹੀਂ ਸਿੱਧੇ ਲੰਘ ਜਾਣੇ, ਰੋਣ ਮਿਲ ਜਾਣੇ। ਤੁਸੀਂ ਬਹੁਤ ਪਿੰਡਾਂ 'ਚ ਪਾਉਂਦੇ ਹੋ, ਤੁਸੀਂ ਨਾ ਜੂਮ ਘਟਾ ਕੇ ਨਕਸ਼ਾ ਬਾਹਰ ਦੀ ਵੇਖੇ ਵੱਡੇ ਆਈ। ਅੱਛਾ, ਬਾਬਾ ਤਾਂ ਕੁੱਬਾ ਕਰਦੇ ਨਾ ਰਿਮਾਂਡ ਦੇ ਲਿਆ ਲਿਆ। ਪਹਿਲੀ ਤਾਂ ਗੱਲ ਇਹ ਆ ਕਿ ਸਵੇਰੇ ਡੀ ਐਸ ਪੀ ਪਤਾ ਲੱਗਾ ਵੀ ਇਹ ਡੀ ਐਸ ਪੀ ਤੇ ਕੋਲ ਕੇਸ ਨਾ ਭੇਜੋ, ਹੋਰ ਡੀ ਐਸ ਪੀ ਕੋਲ ਕੇਸ ਲਾਓ ਜਾਂ ਡੀ ਐਸ ਪੀ ਹੈੱਡਕੁਆਟਰ। ਇਹ ਡੀ ਐਸ ਪੀ ਕੌਣ ਆ? ਜਸ ਜੋਤ ਆ ਕੋਈ, ਜਿਹੜੇ ਪੈਸੇ ਦੇ ਤੇ ਬਸ ਉਹਦੀ ਗੱਲ ਹੈ। ਪੈਸੇ ਦਾ ਹੀ? ਹਾਂ, ਤੁਸੀਂ ਲੱਖ ਰੁਪਇਆ ਦੇ ਦਿਓ ਉਹਦੇ ਚੱਡੇ ਪਾੜ ਦੂਗਾ, ਉਹਨੇ ਡੇਢ ਰੱਖਤਾ ਤੇ ਉਹਨੇ ਡਾਂਗ ਰੋਕ ਦੇਣੀ। ਤੁਹਾਨੂੰ ਲੱਗਦਾ ਬਾਬੇ ਨੇ ਚੜ੍ਹਾਏ ਹੋਣੇ? ਬਾਬੇ ਨੇ ਦਿੱਤੇ ਆ ਪੈਸੇ, ਚਿੱਤਰੋਂ ਡਰਦੇ ਨੇ ਚੜ੍ਹਾਏ ਹੋਣੇ ਜੀ। ਸਰਬਜੀਤ ਕੌਰ ਮਾਣੂ ਕੇ ਐਮ ਐਲ ਏ ਆ, ਉਧਰਲੀ ਜਨਾਨੀ ਆ ਨਾ, ਉਹਨੇ ਵੀ ਮੇਰੇ ਤੋਂ ਲੱਖ ਰੁਪਇਆ ਲਿਆ। ਅੱਛਾ, ਮੈਂ ਤੁਹਾਨੂੰ ਕਿਹਾ ਸੀ ਮੈਂ ਪੈਸੇ ਭੇਜੂਗਾ, ਮੈਂ ਉਦੋਂ ਹੀ ਭੇਜੇ ਪੈਸੇ। ਬਾਬੇ ਜੋਨੀ ਨੂੰ ਫੋਨ ਨਹੀਂ ਜਾਣਾ ਚਾਹੀਦਾ ਸਾਡੇ, ਭਾਵੇਂ ਘਰੇ ਬਹਿ ਜਾ ਕੇ। ਅੱਛਾ, ਜਿਹੜੀ ਮਾਣੂ ਕੇ ਲਈ ਐਮ ਐਲ ਏ ਐਮ ਐਲ ਏ ਆ, ਚੁੱਪ ਕੀਤੀ ਤਾਂ ਜਗਦੀਪ ਸਰਪੰਚ, ਮੰਮੀ ਤੋਂ ਪਿੰਡੋਂ ਘਰੋਂ ਪੈਸੇ ਫੜ ਕੇ ਲਿਆ, ਡੈਡੀ ਨਾਲ ਫੋਨ ਲਾਇਆ ਸੀ ਪੈਸੇ ਦੇ, ਪੈਸੇ ਫੜ ਕੇ ਲਿਆ। ਤੂੰ ਕਹਿੰਦੇ ਸਰਪੰਚ ਨੂੰ ਦਿੱਤੇ, ਉਹਨੇ ਜਾ ਕੇ ਐਮ ਐਲ ਏ ਨੂੰ ਦਿੱਤੇ, ਉਹ ਕਹਿੰਦੇ ਵੀ ਕੀ ਗੱਲ ਆ? ਮੈਂ ਕਿਹਾ ਵੀ ਆਹ ਗੱਲ ਆ ਤੇ ਅੱਗੋਂ ਆਹ ਗੱਲ ਹੋਣੀ ਜਮਾ ਹੀ ਨਹੀਂ। ਹੁਣ ਤਾਂ ਫਿਰ ਖਤਮ ਹੀ ਆ ਕਹਾਣੀ? ਨਹੀਂ, ਹਜੇ ਕੋਸਮੋਸ ਜੀ ਚੱਲ ਰਹੀ ਨਾ ਵਿੱਚ, ਅਸੀਂ ਹਜੇ ਛੱਡਾਂਗੇ ਵਿੱਚ ਹੋਰ ਸੱਪ ਚੱਲ ਰਹੀ ਹੈ ਜੀ, ਚਲਾਉਣੀ ਹੈ ਥੋੜੀ ਨਹੀਂ। ਹਾਂ, ਇਹ ਕੇਸ ਖਤਮ ਹੋ ਗਿਆ ਬਸ ਥੋੜੇ ਲਈ, ਸਾਡੇ ਲਈ ਚੱਲੂਗੀ ਹਜੇ, ਅਸੀਂ ਹਜੇ ਅਸੀਂ ਨਹੀਂ ਨਾ ਰੁਕਣ ਦੇਣੀ। ਜਿੰਨਾ ਚਿਰ ਬਾਬੇ ਦੇ ਇੱਕ ਪਰਚਾ ਹੋਰ ਨਹੀਂ ਆਉਂਦਾ ਸਾਨੂੰ ਸਾਡੀ ਚੈਨ ਹੀ ਹੈ, ਟੇਕ ਹੀ ਹੈ ਜੀ ਸਾਨੂੰ। ਠੀਕ ਹੈ ਜੀ, ਬਾਕੀ ਕਿਤੇ ਕਿਤੇ ਟਾਈਮ ਕੱਢ ਲਿਆ ਕਰੋ ਦੁਕਾਨ ਦੇ ਨਾਲ। ਮੈਂ ਨਾ ਅਸੀਂ ਜ਼ਿਆਦਾ ਕੋਈ ਵੱਡਾ ਕੰਮ ਕਰਾਂਗੇ ਜਾਂ ਮੈਂ ਬਾਹਰ ਜਾਊਂਗਾ ਬਾਈ, ਇੱਥੇ ਨਾ ਮੇਰੀ ਜ਼ਿੰਦਗੀ ਨਹੀਂ। ਅੱਛਾ, ਬਾਹਲੇ ਦੋ ਜਮਾ ਬਾਹਲੇ ਜਾਊਂ, ਕਿਉਂਕਿ ਅੱਧੇ ਤਾਂ ਅਸੀਂ ਮਾਰਨ ਨੂੰ ਫਿਰਦੇ ਵੀ ਇਹਨੂੰ ਮਾਰਤਾ ਤੇ ਫਿਰ ਸਾਡਾ ਨਾਂ ਬਣਦਾ, ਬਹੁਤ ਦਿਨ ਗੱਲਬਾਤ ਚੱਲਣੀ ਵੀ ਫਲਾਨਾ ਬੰਦਾ ਮਾਰ। ਆਪਣੇ ਜਿਵੇਂ ਗੋਲਡੀ ਬਰਾੜ ਵਰਗੇ ਆ, ਇਹ ਸਟੈਂਡ ਨਹੀਂ ਲੈਂਦੇ ਤੁਹਾਡੀ ਨਜ਼ਰ? ਲੈਂਦੇ ਆ ਸਟੈਂਡ ਪਰ ਉਹ ਸ਼ੋਅ ਕਰਨਗੇ ਵੀ ਅਸੀਂ ਇਹਦੇ ਨਾਲ ਆ ਤੇ ਸਾਡੇ ਨਾਲ ਸ਼ੋਅ ਕਰਨਗੇ ਤਾਂ ਆਪਣੀ ਪ੍ਰੋਬਲਮ ਆ, ਫੇਰ ਪ੍ਰੋਬਲਮ। ਅਰਸ਼ ਡਾਲੇ ਦਾ ਨਾਮ ਸੁਣਿਆ ਤੁਸੀਂ? ਹਾਂਜੀ ਹਾਂਜੀ, ਉਹਨੂੰ ਜੇ ਮੈਂ ਕਹਿ ਦਾਂ ਵੀ ਆਏ ਨਹੀਂ ਆਏ, ਉਹਨੇ ਕਹਿੰਦਾ ਠੀਕ ਆ, ਉਹ ਮੇਰਾ ਸੀਨੀਅਰ ਸੀ, ਉਹ ਮੈਂ ਸੀਨੀਅਰ ਸੀ ਉਹਦਾ, ਉਹ ਜੂਨੀਅਰ ਆ। ਠੀਕ ਹੈ, ਉਹ ਵੀ ਬਾਹਰ ਹੀ ਅਰਸ਼ ਡਾਲਾ ਵੀ। ਵੈਸੇ ਇੱਕ ਗੱਲ ਹੈ ਮਹਾਰਾਜ, ਜਿਵੇਂ ਗੈਂਗਸਟਰਾਂ ਗੂੰਸਟਰਾਂ ਨਾਲ ਸਾਰਾ, ਮੈਂ ਤਾਂ ਕਹਿੰਦਾ ਆੜੀ ਵੀ ਮਾੜੀ ਹੈ ਯਾਰ। ਨਹੀਂ, ਆੜੀ ਨਹੀਂ ਮਾੜੀ ਉਹਨਾਂ ਨਾਲ, ਖੜਦੇ ਆ ਬੰਦੇ ਮਗਰ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹਾਂ, ਬੰਨ ਲਓ ਰੱਬ ਨਾ ਕਰੇ, ਖਾਲਸੇ ਕੋਲੇ ਤਾਂ ਸਿੱਧੀ ਜੀ ਗੱਲ ਆ ਵੀ ਮੌਤ ਦੀਆਂ ਗੱਲਾਂ ਹੀ ਹੁੰਦੀਆਂ। ਠੀਕ ਹੈ, ਹੋਰ ਨਹੀਂ ਕੋਈ ਗੱਲ। ਮੰਨ ਲਓ ਤੁਹਾਡੀ ਮੌਤ ਨਹੀਂ ਹੁੰਦੀ, ਤੁਹਾਡਾ ਕਤਲ ਹੋ ਗਿਆ। ਠੀਕ
ਲਿਖਿਆ ਤੇ ਮੇਰੇ ਤੋਂ ਅੱਜ ਲਿਖਾ ਲਓ ਤੁਹਾਡੇ ਜੱਥੇ ਚੋਂ ਕਿਸੇ ਬੰਦੇ ਦੀ ਇੰਨੀ ਹਿੰਮਤ ਨਹੀਂ ਜਾ ਕੇ ਲਿਖਾ ਲਓ ਠੀਕ ਹੈ ਜੇ ਤੁਹਾਡੀ ਯਾਰੀ ਕਿਸੇ ਮੋਨੇ ਬੰਦੇ ਨਾਲ ਹੋਈ ਹਾਂ ਉਹਨੇ ਭੂਤ ਤੋਂ ਪਹਿਲਾਂ ਗਾਣੇ ਦਾ ਸਿਵਾ ਭੂਤ ਅੱਛਾ ਮੈਂ ਕਹਿੰਦਾ 100% ਅਸੀਂ ਇਹ ਚੀਜ਼ਾਂ ਪ੍ਰਤਿਆਈਆਂ ਮੈਂ ਇੰਟਰਵਿਊ ਹੋਈ ਸੀ ਉਹ 'ਚ ਮੂਸੇ ਵਾਲੇ ਦਾ ਉਹਨੇ ਜ਼ਿਕਰ ਕੀਤਾ ਪੱਤਰਕਾਰ ਨੇ ਹਾਂ ਮੈਂ ਕਿਹਾ ਉਹ ਗਾ ਕੇ ਗਿਆ ਸੀ ਲੈਣਗੇ ਰਵੈਂਜ ਆਪੇ ਪਿੱਛੇ ਮੇਰੇ ਬਹੁਤ ਆ ਹਾਂ ਠੀਕ ਆ ਵੀ ਜਾਂ ਵੀ ਜਦੋਂ ਮੈਂ ਮਰ ਗਿਆ ਮੇਰੇ ਪਿੱਛੇ ਬੰਦੇ ਬਹੁਤਾ ਬਦਲਾ ਲੈਣਗੇ ਹਾਂ ਮੈਂ ਕਿਹਾ ਕੋਈ ਇੱਕ ਬੰਦਾ ਜਿਹਨੇ ਦੌਰ ਸਾਨੂੰ ਧਮਕੀ ਦਿੱਤੀ ਹਾਂ ਤੇ ਮੈਂ ਕਿਹਾ ਮੇਰੇ ਨਾਲ ਤਾਂ ਉਹਦੀ ਕੋਈ ਸਾਂਝ ਨਹੀਂ ਸੀ ਜਦੇ ਉਹ ਮਰਿਆ ਮੈਂ ਲੋਰਸ ਨੂੰ ਉਦਾਂ ਹੀ ਮੁੰਡਾ ਕਰ ਹਾਂ ਤੈਨੂੰ ਕੋਰਟ 'ਚ ਮਾਰਾਂਗੇ ਵੀ ਸਾਡੀ ਉਹਦੇ ਨਾਲ ਕੋਈ ਲਿਹਾਜ਼ ਨਹੀਂ ਸਿੱਧੂ ਮੂਸੇ ਵਾਲੇ ਨਾਲ ਹਾਂ ਪਰ ਉਹ ਨਜਾਇਜ਼ ਮਾਰਨਾ ਧੱਕਾ ਹੋ ਗਿਆ ਪਰਿਵਾਰ ਠੀਕ ਹੈ ਸੱਚੀ ਗੱਲ ਮੈਂ ਕਿਹਾ ਕਿੱਥੇ ਆ ਉਹ ਤਾਂ ਟੈਟੂ ਬਣ ਕੇ ਮੈਂ ਕਿਹਾ ਬਾਹਾਂ 'ਤੇ ਆ ਉਹਨਾਂ ਦੀਆਂ ਫੋਟੋਆਂ ਹਾਂ ਅਤੇ ਗੱਲਾਂ ਨਹੀਂ ਆ ਠੀਕ ਆ ਦੂਜੀ ਗੱਲ ਉਹਦੇ ਪਿਓ ਨੇ ਇਹ ਕਿਹਾ ਵੀ ਜਿਹੜਾ ਸਿੱਧੂ ਮੂਸੇ ਦੀ ਮੌਤ ਦਾ ਬਦਲਾ ਲਊਗਾ ਉਹਨੂੰ 2 ਕਰੋੜ ਰੁਪਈਆ ਦਊਂਗਾ ਹਾਂ ਠੀਕ ਆ ਲੈ ਲੈਨੇ ਦਿੱਤਾ ਉਹਦੇ ਤੋਂ ਜਾਣਾ ਨਹੀਂ ਬਲਕੌਰ ਸਿੰਘ ਨਹੀਂ ਦਿੱਤਾ ਜਾਣਾ ਹੁਣ ਸਵਾਲ ਹੀ ਪੈਦਾ ਹੁਣ ਠੀਕ ਹੈ ਜੂਸ ਬਹੁਤ ਆ ਅਤੇ ਮਹਾਰਾਜ ਲੋਰੈਂਸ ਬਿਸ਼ਨੋਈ ਨੇ ਕੰਮ ਕਰਾਇਆ ਇਹ ਹੈ ਨਾ ਅਸਲ ਦੇ ਵਿੱਚ ਨਾ ਇਹ ਕੀ ਗੱਲਬਾਤ ਚੱਲਦੀ ਆਹੀ ਆ ਜਿਹੜੀ ਹੁਣ ਮੇਰੇ 'ਤੇ ਬੀਤ ਰਹੀ ਹੈ ਹਾਂ ਜਿਹੜਾ ਇਹ ਲੋਰੈਂਸ ਜਾਂ ਮੂਸੇ ਵਾਲਾ ਵਾ ਹਾਂ ਇਹ ਦਵਿੰਦਰ ਬੰਬੀਹੇ ਗਰੁੱਪ ਨਾਲ ਵਰਤਦਾ ਸੀ ਮੂਸੇ ਵਾਲਾ ਹਾਂ ਮੂਸੇ ਵਾਲਾ ਇਹਨੇ ਬੰਬੀਹਾ ਗਾਇਆ ਵੀ ਸੀ ਦਵਿੰਦਰ ਬੰਬੀਹੇ ਨਾਲ ਵਰਤਦਾ ਸੀ ਹਾਂ ਦਵਿੰਦਰ ਬੰਬੀਹੇ ਨੂੰ ਤਾਂ ਮਿਲਿਆ ਹੀ ਨਹੀਂ ਉਹ ਤਾਂ ਸਾਡੇ ਘਰੇ ਹੀ ਰਹਿੰਦਾ ਰਿਹਾ ਅਸੀਂ ਇਕੱਠੇ ਹੀ ਰਹੇ ਹਾਂ ਠੀਕ ਹੈ ਦਵਿੰਦਰ ਇਹ ਜਿੰਨੇ ਆ ਇਹ ਬੰਬੀਹੇ ਪਿੰਡ ਦਾ ਬੰਬੀਹੇ ਦਾ ਬੰਬੀਹਾ ਭਾਈ ਹੁਣ ਵੀ ਬੰਬੀਹੇ ਮਿਲੂਗਾ ਇਹ ਕੌਣ ਦਵਿੰਦਰ ਉਹਦਾ ਤਾਂ ਇਨਕਾਊਂਟਰ ਹੋ ਗਿਆ ਸੀਗਾ ਮਾਰਤਾ ਸੀ ਉਹਦਾ ਅੱਛਾ ਫਿਰ ਹੁਣ ਕੌਣ ਚਲਾ ਰਿਹਾ ਉਹਦਾ ਗਰੁੱਪ ਉਹੀ ਮੈਂ ਤੁਹਾਨੂੰ ਦੱਸਦਾ ਸਾਰਾ ਕੁਛ ਆਪਾਂ ਨੂੰ ਇਹਨਾਂ ਦੀਆਂ ਹਿਸਟਰੀਆਂ ਸਾਰਿਆਂ ਦਾ ਨਹੀਂ ਪਤਾ ਕਹਿੰਦਾ ਦਵਿੰਦਰ ਹੀ ਐਸਾ ਬੰਦਾ ਸੀ ਜਿਹੜਾ ਇਸ ਮੌਕੇ ਪਾਕਿਸਤਾਨ ਉੱਠ ਜਾਂਦਾ ਸੀ ਸਵੇਰੇ ਸਮਾਨ ਲੈ ਕੇ ਬਣਿਆ ਪਾਕਿਸਤਾਨ ਇਹ ਰਿਪੋਰਟਾਂ ਪਏ ਜੇ ਸੀ ਜਿਹੜਾ ਦਵਿੰਦਰ ਬੰਬੀਹਾ ਸੀ ਉਹਦੇ ਗਰੁੱਪ ਦੇ ਨਾਲ ਇਹਦੀ ਸਾਂਝ ਸੀ ਠੀਕ ਹੈ ਦਵਿੰਦਰ ਬੰਬੀਹੇ ਦੇ ਗਰੁੱਪ ਨੂੰ ਜੇਲ੍ਹ 'ਚ ਸਿੱਧੂ ਮੂਸੇਵਾਲਾ ਪੈਸੇ ਭੇਜਦਾ ਸੁੱਖ ਕਈ ਤਾਂ ਬੁੱਢੇ ਨੇ ਘੁੱਸੇ ਪਿੰਡ ਵਾਲੇ ਠੀਕ ਹੈ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਬਾਹਰ ਵੀ ਇਹ ਮਣੀ ਦਿੰਦਾ ਰਿਹਾ ਜਿਹੜਾ ਲੋਰੈਂਸ ਸੀ ਉਹ ਮੂਸੇ ਨੂੰ ਇਹ ਗੱਲ ਕਹਿੰਦਾ ਵੀ ਤੂੰ ਭਾਵੇਂ ਸਾਨੂੰ ਪੈਸੇ ਨਾ ਦੇ ਪਰ ਸਾਡੀ ਐਂਟੀ ਪਾਰਟੀ ਦੇ ਬੰਦਿਆਂ ਨੂੰ ਤੂੰ ਸ਼ਹਿ ਨਾ ਦੇ ਉਹ ਅੱਛਾ ਹੁਣ ਮੈਂ ਜੇ ਕੋਈ ਬੰਦਾ ਮੂਸੇ ਵਾਲਾ ਫਿਰ ਉਹਨਾਂ ਨੂੰ ਪੈਸੇ ਪੂਸੇ ਵੀ ਦਿੰਦਾ ਉਹ ਬੰਬੀਹੇ ਨੂੰ ਪੈਸੇ ਦਿੰਦਾ ਸੀ ਠੀਕ ਹੈ ਠੀਕ ਹੈ ਮੂਸੇ ਵਾਲਾ ਫਸ ਗਿਆ ਸੀ ਨਾ ਮੂਸੇ ਵਾਲੇ ਨੇ ਮੂੰਹ ਲਵਾ ਲਿਆ ਸੀ ਉਹ ਬੰਦਿਆਂ ਦਾ ਆਪਦੇ ਤੇ ਆਪਦੇ ਤੇ ਓਹੋ ਫੇਰ ਬਈ ਜੇ ਉਹ ਪਿੱਛੇ ਹਟਦਾ ਸੀ ਤਾਂ ਵੀ ਮਰਦਾ ਸੀ ਮਰਦਾ ਸੀ ਹਾਂ ਤੇ ਜੇ ਉਹ ਨਹੀਂ ਹਟਦਾ ਸੀ ਤਾਂ ਵੀ ਮਰਦਾ ਸੀ ਅਸਲ ਦੇ ਵਿੱਚ ਉਹਨੂੰ ਦੋਨਾਂ ਨੂੰ ਹੀ ਦੇਣੇ ਚਾਹੀਦੇ ਸੀ ਸਹੀ ਹੈ ਵੀ ਦੋਵਾਂ ਨੂੰ ਖੁਸ਼ ਰੱਖਦਾ ਦੋਵਾਂ ਨੂੰ ਖੁਸ਼ ਰੱਖਦਾ ਤੇ ਆਪਦਾ ਦੂਜੀ ਗੱਲ ਦੋਵਾਂ ਦੇ ਪੈਸੇ ਬੰਦ ਕਰਕੇ ਉਹ ਕਰੋੜ ਰੁਪਈਆ ਹੋਰ ਵਧਾ ਦਿੰਦਾ ਗੌਰਮੈਂਟ ਨੂੰ ਦਿੰਦਾ ਤੇ ਆਪਦੇ ਨਾਲ 2 ਗੱਡੀਆਂ ਬੁਲਟ ਪਰੂਫ ਕਮਾਂਡੋ ਰੱਖ ਦਿੰਦਾ ਫਿਰ ਵੀ ਬਚ ਜਾਂਦਾ ਬਾਕੀ ਉਹ ਲਿਖੀ ਜਿਹੜੀ ਉਹ ਤਾਂ ਹੋਣੀ ਹੈ ਪਰ ਸਲਾਹ ਹੀ ਰਹਿ ਜਾਂਦੀਆਂ ਉਹ ਆਪਾਂ ਕਰੀ ਜਾਂਦੇ ਹੁਣ ਬਿਲਕੁਲ ਜਿਹਦੀ ਧੁਰ ਦਰਗਾਹ ਹੋਈ ਚਿੱਠੀ ਪਾਟ ਗਈ ਆ ਬਸ 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 ਉਹਨੇ ਕਿੱਥੇ ਰਹਿਣਾ ਇਹ ਗੱਲਾਂ ਮਾਰ ਜਾਂਦੀਆਂ ਹੁਣ ਉਹ ਕਹਿੰਦੇ ਯਾਰ ਵੀ ਜੇ ਇਹ ਆਪਣੀ ਐਂਟੀ ਪਾਰਟੀ ਨੂੰ ਮਜ਼ਬੂਤ ਕਰਦਾ ਪਹਿਲਾਂ ਇਹਨੂੰ ਠੋਕ ਬਸ ਉਹ ਗਿਆ ਉੱਧਰੋਂ ਦਵਿੰਦਰ ਬੰਬੀਹੇ ਗਰੁੱਪ ਦਾ ਜਿਹੜਾ ਮੁਖੀ ਉਹ ਚੇਂਜ ਹੋ ਗਿਆ ਬਹੁਤ ਵਧੀਆ ਬੰਦਾ ਸੀ ਜੀ ਏਦਾਂ ਵੀ ਜੇ ਮੰਨ ਲਓ ਵੀ ਤੂੰ ਆਪਦੀ ਦੁਸ਼ਮਣੀ ਦਾ ਘੱਟ ਹੁੰਦਾ ਸੀ ਇਹਨੂੰ ਆ ਮੇਰੇ ਯਾਰ ਨੂੰ ਕਿਸੇ ਨੇ ਮਾੜਾ ਬੋਲਿਆ ਸੀ ਮੈਂ ਉਹ ਮਾਰਨਾ ਥੋੜਾ ਟਾਈਮ ਚੱਲਿਆ ਤੇ ਬਹੁਤ ਕਤਲ ਕੀਤੇ ਲੋਰੈਂਸ ਬਿਸ਼ਨੋਈ ਅੰਦਰੋਂ ਹੀ ਚਲਾਉਂਦਾ ਗੇਮ ਸਾਰੀ ਹਾਂ ਉਹ ਅੰਦਰ ਚਲਾਉਂਦਾ ਅੰਦਰ ਇਹਨਾਂ ਦੇ ਕਾਹਦੇ ਅੰਦਰ ਹਾਂ ਨੇੜੇ ਸਿਰ ਇਹਨਾਂ ਨੇ ਸ਼ੋਪਿੰਗ ਕਰਨੀ ਮੋਲ ਚ ਇਹਨਾਂ ਨੂੰ ਲਿਆਂਦਾ ਜਾਂਦਾ
ਅੱਛਾ ਠੀਕ ਆ ਇਹਨਾਂ ਨੇ ਕਿਤੇ ਘੁੰਮਣਾ ਫਿਰਨਾ ਪ੍ਰੈਕਸ਼ਨ ਦੇ ਉੱਤਾਂ ਲਿਆਉਂਦਾ ਜਾਂਦਾ ਕੁੱਟ ਮਾਰ ਪੁਲਿਸ ਇਹਨਾਂ ਨੂੰ ਕਰਦੀ ਨਹੀਂ ਡਰਦੀ ਹੈ ਡਰਦੀ ਅਗਲਾ ਕਹਿੰਦਾ ਭੈਣ ਤਨਖਾਹ ਕੰਮ ਲੈਣਾ ਆਪਾਂ ਕਰਾਉਣਾ ਕੀ ਇਹੋ ਜਿਹੇ ਨੂੰ ਸਿੱਟ ਕੇ ਜਿਹੜੇ ਨੇ ਨਿਗਾਹ 'ਚ ਬੰਦਾ ਕੱਢ ਲਿਆ ਮਰਵਾ ਦੇਣਾ ਉਹਦੇ ਸਹੀ ਹੈ ਇਹਦੇ ਮਗਰ ਹੀ ਬਹੁਤ ਵਿਸ਼ਨੋਈ ਮਗਰ ਬੰਦੇ ਹੈ ਨਾ ਨਾਮ ਕਰਕੇ ਆ ਠੀਕ ਹੈ ਹੁਣ ਦੇਖ ਲਾ ਬੰਦਾ ਯਾਰ ਸੁਨੱਖਾ ਕਿੱਡਾ ਹੈ ਨਾ ਵਿਸ਼ਨੋਈ ਹਾਂਜੀ ਤਾਂ ਹੈਗਾ ਪਰ ਕੀ ਜ਼ਿੰਦਗੀ ਥੋੜ੍ਹੀ ਹੈ ਕੋਈ ਬਾਈ ਅਰਬਾਂ ਖਰਬਾਂ ਰੁਪਈਆ ਕੋਲ ਵਰਤ ਸਕਦੇ ਨਹੀਂ ਹੈਗੇ ਹੁਣ ਮੈਂ ਇਹ ਸੋਚ ਰਿਹਾ ਸਾਰੀ ਉਮਰ ਅੰਦਰ ਹੀ ਰਹੂਗਾ ਇਹ ਨਹੀਂ ਆ ਵੀ ਸਕਦਾ ਬਾਹਰ ਇਹੋ ਜਿਹੀ ਗੱਲ ਨਹੀਂ ਇਹ ਤੇ ਕਤਲ ਕੇਸ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਇੱਕ ਕਤਲ ਕਰ ਦਿਓ ਅੱਜ ਤੁਹਾਨੂੰ 5 ਸਾਲ ਦਾ ਮੰਨ ਲਓ ਸਜ਼ਾ ਉਹਦੇ 'ਚ ਇੱਕ ਕਤਲ 5 ਸਾਲਾਂ ਕਰ ਦਿਓ 5 ਸਾਲ ਹੋਰ ਹੋ ਜਾਊ ਇੱਕ 10 ਸਾਲਾਂ ਵਿੱਚ 15 ਹੋ ਜੂ ਮਤਲਬ ਇਹ ਫਿਰ ਤੁਸੀਂ 15 ਸਾਲ ਹੀ ਬਚ ਗਏ ਜੇ ਤੁਸੀਂ 3 ਕੇਸ ਕਤਲ ਅੱਜ ਕਰ ਦਿਓ ਫਿਰ ਤੁਸੀਂ 5 ਸਾਲਾਂ 'ਚ ਬਾਹਰ ਆ ਜਾਓ ਅੱਛਾ ਇੱਦਾਂ ਹੈ ਵੀ ਜੇ 10 ਬੰਦੇ ਮਾਰ ਦਈਏ ਫਿਰ ਵੀ 5 ਸਾਲਾਂ 'ਚ ਬਾਹਰ ਟਾਈਮ ਪੀਰੀਅਡ ਦੇ ਹਿਸਾਬ ਨਾਲ ਵੀ ਤੁਸੀਂ ਜਿਹੜੀ ਵਾਰਦਾਤ ਕਰ ਕਿਵੇਂ ਰਹੇ ਆ ਹੁਣ ਇੱਕ ਬੰਦਾ ਤੁਸੀਂ ਚੱਕ ਲਿਆ ਤੁਸੀਂ ਮਾਰ ਕੇ ਉਹਨੂੰ ਨਹਿਰ 'ਚ ਸੈੜਤਾ ਉਹਨੂੰ ਅੱਗ ਲਾ ਦਿੱਤੀ ਜਾਂ ਉਹਨੂੰ ਦਫਨੀ ਕਰਤਾ ਉਹਦੀ ਲਾਸ਼ ਪੁਲਿਸ ਦੇ ਹੱਥ ਨਹੀਂ ਲੱਗੀ ਤੁਸੀਂ 6 ਮਹੀਨੇ 'ਚ ਬਾਹਰ ਬਸ ਬਸ ਨਾ ਕੇਸ ਕਤਲ ਚੱਲੇ ਨਾ ਕੁਛ ਨਾ ਚਲੋ ਸਬੂਤ ਹੀ ਹੈ ਨੀ ਸਬੂਤ ਹੀ ਹੈ ਨੀ ਨਾ ਠੀਕ ਹੈ ਹੁਣ ਗੋਲਡੀ ਬਰਾਡ ਤਾਂ ਕੈਨੇਡਾ ਹੀ ਆ ਨਾ ਅਮਰੀਕਾ ਉੱਡ ਗਿਆ ਇਹ ਤਾਂ ਮਾਰੇ ਤੁਸੀਂ ਵੀ ਕੈਨੇਡਾ ਕਨੂੰਡਾ ਜਾਓ ਬੱਲੇ ਬੱਲੇ ਹੋ ਜੂਗੀ ਉੱਥੇ ਕਿਉਂਕਿ ਗੱਲ ਸੁਣੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੁਸੀਂ ਹੈਗੇ ਹੁਣ ਇਹੋ ਜਿਹੇ ਬੁਲਾਰੇ ਜੋ ਬੋਲੋਗੇ ਦੁਨੀਆਂ ਸੁਣਦੀ ਹੈ ਠੀਕ ਹੈ ਇਸ ਵੇਲੇ ਤੁਹਾਡਾ ਇੱਕ ਨਾਂ ਚੱਲ ਗਿਆ ਪੰਥ 'ਚ ਕੈਨੇਡਾ ਜਾ ਕੇ ਵੀ ਬਿਆਨ ਦਿਓਗੇ ਉਹ ਵੀ ਚੱਲਣਗੇ ਮੈਂ ਨਾ ਮੈਂ ਤਾਂ ਵਿਹਲਾ ਰਹਿੰਦਾ ਮੈਂ ਤਾਂ ਬਾਹਲਾ ਮੈਂ ਗੌਰ ਨਹੀਂ ਕਰਦਾ ਮੈਂ ਹੁਣ ਨੈੱਟ ਖੋਲਿਆ ਮੈਂ ਇੰਸਟਾਗ੍ਰਾਮ ਖੋਲਿਆ ਨਵਾਂ ਬਣਾਇਆ ਤਾਂ ਐਨ ਆਰ ਆਈ ਮੈਨੂੰ ਉਹਨਾਂ ਨੇ ਬੈਨ ਕਰਤਾ ਇੰਟਰਨੈਟ 'ਚ ਜਾਂ ਵੀ ਬੈਨ ਕਰਨ ਵਾਲੀ ਹੈ ਇੰਸਟਾ ਹਾਂ 1 ਕਰੋੜ 80 ਲੱਖ ਬੰਦੇ ਨੇ 30 ਦਿਨਾਂ 'ਚ ਮੈਨੂੰ ਵੇਖਿਆ ਖੋਲੇ ਹਾਂ 1 ਕਰੋੜ 80 ਲੱਖ ਇਹ ਕਿਵੇਂ ਪਤਾ ਲੱਗ ਜਾਂਦਾ ਹੈ ਨੌ ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਮਹੀਨੇ ਦੇ ਵਿੱਚ ਫਿਰ ਤੁਸੀਂ ਆਪ ਦੇਖ ਲਓ ਨਹੀਂ ਉਹਦਾ ਕੋਈ ਪਤਾ ਹੀ ਆ ਪਰ ਹੁਣ ਰੌਲਾ ਦੇਖਣਾ ਹੋਰ ਸੀ ਆ ਦੇਖਦੇ ਨੂੰ ਤਾਂ ਸਿਵਿਆਂ 'ਚ ਪਏ ਇਹਨੂੰ ਵੀ ਦੇਖਦੇ ਆ ਉਹਦਾ ਮੁੱਲ ਥੋੜ੍ਹੀ ਆ ਕੋਈ ਆਹੀ ਤਾਂ ਰੌਲਾ ਹੈ ਆਹੀ ਤਾਂ ਰੌਲਾ ਦੇਖਦੀ ਤਾਂ ਦੁਨੀਆ ਬਹੁਤ ਹੈ ਪਰ ਗੱਲ ਇਹ ਹੁੰਦੀ ਹੈ ਵੀ ਕੋਈ ਹੱਥ ਵੀ